ਮਾਛੀਵਾੜਾ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਦੇ ਨਾਲ ਅੱਖਾਂ ਦੇ ਮੁਫਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਦੇ ਵਿੱਚ ਇੱਥੇ ਹਾਜ਼ਰੀ ਲਵਾਉਣ ਪਹੁੰਚੇ ਹਾਂ। ਇੱਥੇ ਦੇਖ ਰਹੇ ਹਾਂ ਕਿ ਬਹੁਤ ਹੀ ਬਜ਼ੁਰਗ ਮਾਤਾਵਾਂ ਇੱਥੇ ਆਪਣੀਆਂ ਜਿੱਥੇ ਅੱਖਾਂ ਦਾ ਚੈੱਕਅਪ ਕਰਾ ਕੇ ਆਪਣੇ ਅੱਖਾਂ ਦੀ ਇਲਾਜ ਕਰਵਾ ਰਹੇ ਨੇ। ਉੱਥੇ ਮੈਂ ਸਮਝਦਾ ਹਾਂ ਕਿ ਅਜਿਹੇ ਕੈਂਪ ਜਿਹੜੇ ਇਸ ਸੁਸਾਇਟੀ ਵੱਲੋਂ ਸਮੇਂ-ਸਮੇਂ ਤੇ ਸਾਡੇ ਇਸ ਇਲਾਕੇ ਦੇ ਵਿੱਚ ਲਗਾਏ ਜਾਂਦੇ ਨੇ, ਇਹ ਬੜੇ ਸ਼ਲਾਘਾਯੋਗ ਨੇ। ਕਿਉਂਕਿ ਕਈ ਪਰਿਵਾਰ ਸਾਡੇ ਅਜਿਹੇ ਬਜ਼ੁਰਗ ਨੇ ਜਿਨ੍ਹਾਂ ਨੂੰ ਆਪਣਾ ਪੈਸੇ ਦੀ ਕਮੀ ਹੋਣ ਕਾਰਨ ਆਪਣੇ ਅੱਖਾਂ ਦੇ ਨਿਗਾਹ ਤੋਂ ਬੜੇ ਵਾਂਝੇ ਰਹਿ ਜਾਂਦੇ ਨੇ, ਇਹ ਉਹਨਾਂ ਲਈ ਬੜੇ ਜ਼ਰੂਰੀ ਔਰ ਸਹਾਈ ਸਿੱਧ ਹੁੰਦੇ ਨੇ। ਇਸ ਲਈ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਅਤੇ ਧੰਨਵਾਦ ਵੀ ਕਰਦਾ। ਨਾਲ ਦੀ ਨਾਲ ਮੈਂ ਇਸ ਅੰਬੇਦਕਰ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੱਥੇ ਪਿੰਡ ਜੋਧਵਾਲ ਵਿੱਚ ਆਈ ਸੀਗੀ। ਇੱਥੇ ਆਈ ਕੈਂਪ ਲੱਗਿਆ ਹੈ ਸਰਦਾਰ ਸੁਖਦੇਵ ਰਾਮ ਜੀ ਦੀ ਯਾਦ ਵਿੱਚ। ਇੱਥੇ ਉਹਨਾਂ ਦੇ ਬੇਟੇ ਜਸਵੀਰ ਸਿੰਘ ਕੈਨੇਡਾ ਤੋਂ ਜਿਹੜੇ ਕਥਾਵਾਚਕ ਨੇ ਉਹਨਾਂ ਨੇ ਲਗਾਇਆ। ਪਿੰਡ ਵਾਸਤੇ ਕੁਛ ਵੀ, ਚਾਹੇ ਉਹ ਬਾਹਰ ਵਾਲੇ ਚਾਹੇ ਇੱਥੇ ਰਹਿਣ ਵਾਲੇ, ਜੇ ਕੁਛ ਉਪਰਾਲਾ ਕਰਦੇ ਤਾਂ ਬਹੁਤ ਵਧੀਆ ਲੱਗਦਾ। ਮੈਂ ਜ਼ਿਲ੍ਹਾ ਸਾਂਝ ਕੇਂਦਰ ਇੰਚਾਰਜ ਹੁੰਦੇ ਨਾ, ਅਤੇ ਇਹੋ ਜਿਹੇ ਪਿੰਡਾਂ ਵਿੱਚ ਛੋਟੇ ਛੋਟੇ ਜਿਹੜੇ ਕਰਵਾਉਂਦੇ ਨੇ ਕੁਛ ਨਾ ਕੁਛ, ਅਤੇ ਜੇ ਆਪਣੇ ਸਾਂਝ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਦਿੰਦੇ ਨੇ, ਸਾਂਝ ਮੈਂਬਰ ਪਿੰਡ ਨਿਵਾਸੀ ਸਾਂਝ ਦਾ ਸਾਥ ਦਿੰਦੇ ਨੇ ਤਾਂ ਬਹੁਤ ਵਧੀਆ ਲੱਗਦਾ। ਛੋਟੇ ਛੋਟੇ ਉਪਰਾਲਿਆਂ ਨਾਲ ਪਿੰਡਾਂ ਦਾ ਬਹੁਤ ਵਧੀਆ ਕੁਛ ਨਾ ਕੁਛ ਨਵਾਂ ਉਪਰਾਲਾ ਹੋ ਜਾਂਦਾ। ਮੈਂ ਧੰਨਵਾਦ ਕਰਦੀ ਹਾਂ ਪਿੰਡ ਵਾਲਿਆਂ ਦਾ ਅਤੇ ਸਰਦਾਰ ਜਸਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ। ਧੰਨਵਾਦ ਜੀ। ਸਾਡੇ ਨਾਲ ਨੇ ਮੈਡਮ। ਹਾਂਜੀ ਮੈਡਮ ਜੀ। ਹਾਂਜੀ, ਮੈਂ ਕੁਲਵੰਤ ਕੌਰ ਨੀਲੋਂ, ਮਾਛੀਵਾੜਾ ਸਾਹਿਬ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਜਿੰਨੇ ਵੀ ਅਸੀਂ ਮੈਂਬਰ ਜਿਹੜੇ ਸਾਡੇ ਸੇਵਕਵਾਰ ਸਿਵਲੀ ਜੀ ਪ੍ਰਧਾਨ ਨੇ ਇਸ ਸੁਸਾਇਟੀ ਦੇ, ਉਹਨੂੰ ਚਲਾ ਰਹੇ ਨੇ। ਅਸੀਂ ਜਿਹੜੇ ਕੈਂਪ ਨੇ ਹਰੇਕ ਮੱਸਿਆ ਗੁਰਦੁਆਰਾ ਚਰਨ ਕਮਲ ਸਾਹਿਬ ਲੱਗਦੇ ਨੇ। ਜਿਹੜਾ ਅੱਜ ਇਹ ਕੈਂਪ ਜੋਧਵਾਲ ਵਿਖੇ ਸ੍ਰੀ ਸੁਖਦੇਵ ਰਾਮ ਦੀ ਯਾਦ ਵਿੱਚ ਉਹਨਾਂ ਦੇ ਸਪੁੱਤਰ ਸਰਦਾਰ ਜਸਵੀਰ ਸਿੰਘ ਕਥਾਵਾਚਕ ਨੇ ਲਗਵਾਇਆ, ਅਸੀਂ ਉਹਨਾਂ ਦਾ, ਪਿੰਡ ਵਾਸੀਆਂ ਦਾ, ਉਹਨਾਂ ਦੇ ਪੂਰੇ ਪਰਿਵਾਰ ਦਾ ਜੋ ਸਾਡੇ ਨਾਲ ਫੈਮਿਲੀ ਖੜ੍ਹੀ ਆ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਇਹੋ ਜਿਹਾ ਕੈਂਪ ਲਗਾ ਕੇ ਲੋਕਾਂ ਤੱਕ, ਲੋਕਾਂ ਦੇ ਜਿਹੜਾ ਸਹਿਯੋਗ ਦੇ ਨਾਲ ਜਾਂ ਹੋਰ ਵੀ ਕੈਂਪ ਲਾਉਂਦੇ ਨੇ। ਬਹੁਤ ਵਧੀਆ ਉਪਰਾਲਾ, ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ। ਹਾਂਜੀ ਮੈਡਮ ਜੀ, ਹੁਣ ਤੱਕ ਕਿੰਨੇ ਮਰੀਜ਼ਾਂ ਦਾ ਚੈੱਕਅਪ ਕਰ ਚੁੱਕੇ ਹਾਂ ਆਪਾਂ? ਅਤੇ 130-140 ਦੇ ਚੈੱਕਅਪ ਹੋ ਗਿਆ, ਅਤੇ ਜਿਹੜੇ ਮਰੀਜ਼ ਨੇ ਉਹ 30 ਇਸ ਟਾਈਮ ਵੀ ਟਾਈਮ ਵੀ 2 ਵਜੇ ਤੱਕ ਕੈਂਪ ਆ, 1 ਵਜ ਰਿਹਾ, 30 ਮਰੀਜ਼ ਹੁਣ ਤੱਕ ਆ ਗਏ ਜਿਨ੍ਹਾਂ ਦੇ ਲੈਣ 'ਚ ਪੈਣੇ ਨੇ। ਹਾਂਜੀ ਮੈਡਮ ਜੀ, ਸਾਡੇ ਚੈਨਲ ਬਾਰੇ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਅਤੇ ਜਿਹੜਾ ਇਹ ਅੰਬੇਦਕਰ ਕਿਹੜਾ ਮਿਸ਼ਨ, ਅੰਬੇਦਕਰ ਮਿਸ਼ਨ, ਹਾਂਜੀ ਜਿਹੜਾ ਇਹ ਚੈਨਲ ਆ ਅੰਬੇਦਕਰ ਮਿਸ਼ਨ, ਇਹਨਾਂ ਦਾ ਤਾਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਜਿੱਥੇ ਵੀ ਕੋਈ ਵੀ ਕੋਈ ਪ੍ਰੋਗਰਾਮ ਹੁੰਦਾ, ਚਾਹੇ ਉਹ ਕੋਈ ਰਾਜਨੀਤਿਕ ਆ, ਚਾਹੇ ਕੋਈ ਸਮਾਜਿਕ ਆ, ਚਾਹੇ ਕੋਈ ਕਿਸੇ ਦਾ ਕਿਸੇ ਨਾਲ ਧੱਕਾ ਹੋ ਰਿਹਾ, ਇਹ ਜਿਹੜਾ ਚੈਨਲ ਆ ਉੱਥੇ ਸਾਰਿਆਂ ਨੂੰ ਪਹਿਲਾਂ ਪਹੁੰਚਦਾ। ਅਸੀਂ ਇਹਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।